हाँ जी, सत श्री अकाल जी। थोड़ा सारे स्वागत एक नवे ब्लॉग दे विच। ते सुन पता ही है, सीरीज चलती है ट्राली मोडिफिकेशन की। तो आ वीडियो हैगी अपना ब्लॉग हैगा ट्राली की लाइटिंग ते। ते मैं थोड़ा काम करन लग्या सी। आ देखो समान खिंडिया होया, तुसी देख सकते हो। तो एक तो थोड़ा समान आ वायरिंग वूरिंग खिंडाई पई है। थोड़ा काम मैं स्टार्ट कर लिया सी, दिखा रहा मैं। आ देखो जी, प्लग वगैरह कढ ले सी, आपां कनैक्शन दे रहे सी। ते वायरिंग आपां रोल नाल टेप कर लिया। ते कुछ लाइटां लूटां कढ़ियां पईआं ने अपने कोल बाहर, तुसीं देख सकदे हो। ये लाइटां जो साइडां ते लगणियां ने इत्थे, ठीक है। ते जिवें आह पॉइंट आपां लवा के रखे हुए ने। ते आ देखो जी, बैक साइड आपां लाइटां कसियां भी हुईआं ने, ठीक है। तुहानूं इधरों दिखाउणा मैं। आ देखो उन्हां दी पूरा प्लग सिस्टम कीता होया, पूरा वधिया काम कर रहे हैं आपां। ते साइड ते आपां देखो जी लाइटां लाईआं होईआं ने। ते ना नीचे भी देखो जी आ चीज़ इस तरह काम कीता आपां, तुसीं देख सकदे हो। चलो करदे हां काम स्टार्ट। ਤੁਹਾਨੂੰ ਨਾਲ ਨਾਲ ਆਪਾਂ ਦਿਖਾਉਂਦੇ ਹਾਂ ਕਿਵੇਂ ਕਿਵੇਂ ਕੀਤੀ ਹੈ ਵਾਈ ਨੂੰ ਅੱਗੇ ਕਰਕੇ। ਚਲੋ ਮਿਲਦੇ ਹਾਂ ਜੀ, ਬਣੇ ਰਹੋ ਵਲੋਗ ਤੱਕ। ਅਤੇ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਸ਼ੇਅਰ ਜ਼ਰੂਰ ਕਰਿਓ। ਹਾਂਜੀ, ਆਪਾਂ ਨਾ ਇੱਥੋਂ ਕਨੈਕਸ਼ਨ ਦੇ ਕੇ ਪੂਰੀ ਪੂਰੀ ਤਾਰ ਬਣ ਕੇ ਰੱਖ ਲਈ। ਫਿਲਹਾਲ ਤਾਂ ਆਪਾਂ ਹਲੇ ਕੱਚਾ ਕੰਮ ਜਿਹਾ ਕਰ ਰਹੇ ਹਾਂ, ਫਿਰ ਬਾਅਦ ਵਿੱਚ ਇਹਨਾਂ ਇੱਕ ਪ੍ਰੋਪਰ ਜੋ ਬਲੈਕ ਵਾਇਰ ਆਉਂਦੀ ਆ ਰੈਪਰ ਆਉਂਦਾ ਜਿਹਦੇ ਵਿੱਚ ਵਾਇਰ ਲੰਘਦੀਆਂ ਨੇ ਉਹ ਦੇਵਾਂਗੇ, ਉਹ ਲਗਾਵਾਂਗੇ। ਅਤੇ ਸੋ ਮੈਂ ਪਹਿਲਾਂ ਲਾਈਟਾਂ ਦਿਖਾ ਦਿੰਦਾ ਕਿਹੜੀ ਕਿਹੜੀ ਲੱਗੀਆਂ ਨੇ ਅਤੇ ਕੀ ਕੀ ਫੰਕਸ਼ਨ ਨੇ। ਇਹ ਆਪਾਂ ਏਸ਼ੀਅਨ ਦੀ ਲਾਈਟ ਯੂਜ਼ ਕਰ ਰਹੇ ਹਾਂ ਜੀ। ਅਤੇ ਇਹਦੇ ਵਿੱਚ ਉੱਪਰ ਇੰਡੀਕੇਟਰ ਵਿੱਚ ਇੰਡੀਕੇਟਰ ਚੱਲਦਾ, ਅਤੇ ਆਹ ਪਾਰਕਿੰਗ ਆ, ਅਤੇ 12 ਵੋਲਟ ਦੀਆਂ ਲਾਈਟ ਆ। ਅਤੇ ਇੱਕ ਸਾਈਡ 'ਤੇ ਚਾਰ ਲੱਗਣਗੀਆਂ, ਇਹ ਇੱਕ ਇੱਥੇ ਲੱਗੇਗੀ, ਇੱਕ ਵਿਚਾਲੇ, ਅਤੇ ਦੋ ਬੈਕ ਸਾਈਡ ਲੱਗਣਗੀਆਂ ਇੱਥੇ ਅਤੇ ਇੱਥੇ। ਚਲੋ ਕਰਦੇ ਹਾਂ ਜੀ ਕਨੈਕਸ਼ਨ, ਨਾਲ ਮੈਂ ਤੁਹਾਨੂੰ ਅੱਗੇ ਅੱਗੇ ਦਿਖਾਉਂਦੇ ਹਾਂ ਕੀ ਬਣਦਾ। ਅਤੇ ਕਿਹੜੀਆਂ ਛੋਟੀਆਂ ਲਾਈਟਾਂ ਨੇ ਜੀ ਇਹ, ਇਹ ਆਪਾਂ ਐਜ਼ ਏ ਇੰਡੀਕੇਟਰ ਨੀਚੇ ਵਰਤਾਂਗੇ, ਪਾਰਕਿੰਗ ਲਾਈਟ ਲਈ ਵਰਤਾਂਗੇ, ਅਤੇ ਹੋਰ ਕਲਰਫੁੱਲ ਲਈ ਵਰਤਾਂਗੇ। ਸੋ ਦਿਖਾਉਂਦੇ ਤੁਹਾਨੂੰ ਨਾਲ ਦੀ ਨਾਲ ਵਲੋਗ, ਅਤੇ ਚਲੋ ਰਹੋ ਬਣੇ ਵਲੋਗ ਨਾਲ। ਲਓ ਜੀ, ਆਪਾਂ ਕਨੈਕਸ਼ਨ ਕਰਕੇ ਵਾਇਰ ਨੂੰ ਲਿਆਏ ਸੀ, ਅਤੇ ਇੱਥੇ ਆਪਾਂ ਕਨੈਕਸ਼ਨ ਪਲੱਗ ਨਾਲ ਕਰਤੇ ਸੀ, ਤੁਸੀਂ ਦੇਖ ਸਕਦੇ ਹੋ। ਅਤੇ ਹਾਂ ਦੇਖੋ ਪਲੱਗ ਨਾਲ ਕਨੈਕਸ਼ਨ ਕਰਤੇ, ਅਤੇ ਆਪਾਂ ਫਿਰ ਹੁਣ ਲਾਈਟਿੰਗ ਔਨ ਕਰਕੇ ਦੇਖੀ ਸੀ। ਇੰਡੀਕੇਟਰ ਵੀ ਚੱਲ ਪਿਆ ਆਪਣੀ ਬੈਕ ਸਾਈਡ 'ਤੇ ਦੋਨੇ ਸਾਈਡਾਂ 'ਤੇ, ਅਤੇ ਹੁਣ ਰਹਿ ਗਏ ਸਾਈਡਾਂ 'ਤੇ। ਦੇਖੋ ਚੈੱਕ ਕਰੋ ਪਿੱਛੋਂ ਕਿਵੇਂ ਲੱਗਦੇ ਦੋਨੇ। ਇਹ ਤਿੰਨ ਤਿੰਨ ਵਾਲੀ ਆ, ਇੱਕ ਪਾਰਕਿੰਗ ਇੰਡੀਕੇਟਰ, ਇੱਕ ਬ੍ਰੇਕ ਅਤੇ ਇੱਕ ਰਿਵਰਸ। ਚਲੋ ਬਣੇ ਰਹੋ ਜੀ, ਹੁਣ ਆਪਾਂ ਇਹਨਾਂ ਨੂੰ ਵੀ ਕਨੈਕਸ਼ਨ ਕਰਦੇ ਹਾਂ ਕਿਹੜੀ ਸਾਈਡਾਂ 'ਤੇ ਰਹਿ ਗਿਆ, ਅਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਹਾਂ। ਲਓ ਜੀ, ਰਾਤ ਦੇ 9:30 ਹੋ ਗਏ ਨੇ, ਅਤੇ ਆਪਾਂ ਅੱਧੀ ਜ਼ਿਆਦਾ ਫਿਟਿੰਗ ਕਰਤੀ ਆ, ਅਤੇ ਹਨੇਰਾ ਕਾਫੀ ਹੋ ਗਿਆ, ਅਤੇ ਹੁਣ ਬਾਕੀ ਫਿਟਿੰਗ ਕੱਲ੍ਹ ਨੂੰ ਦਿਖਾਵਾਂਗੇ। ਅਤੇ ਆਪਾਂ ਦੇਖੋ ਇੱਥੇ ਆਪਾਂ ਇੱਕ ਵਾਈਟ ਅਤੇ ਇੱਕ ਬਲਿਊ ਨਾਲ ਆਪਾਂ ਇੰਡੀਕੇਟਰਾਂ 'ਤੇ ਸ਼ੈਡੋ ਲਾਈਟ ਚਲਾਈ ਆ, ਅਤੇ ਸੇਮ ਹੀ ਇੱਧਰ ਬਾਹਰ ਆ, ਥੋੜ੍ਹੀ ਘੱਟ ਦਿੰਦੀ ਹੋਣੀ ਆ, ਵਾਈਟ ਵਾਈਟ ਚਲ ਜਾਂਦਾ। ਆਹ ਨਾਲੇ ਪਾਰਕਿੰਗ ਵਿਚਾਲੇ ਇੰਡੀਕੇਟਰ, ਅਤੇ ਇੱਕ ਜਗ੍ਹਾ 'ਤੇ ਇੱਥੇ ਰਹਿ ਗਈ, ਇੱਥੇ ਲਾਉਣੀ ਰਹਿੰਦੀ ਆ ਹਲੇ। ਅਤੇ ਬੈਕ ਸਾਈਡ ਚੈੱਕ ਕਰਾਉਣਾ ਤੁਹਾਨੂੰ। ਲਓ ਜੀ ਚੈੱਕ ਕਰੋ ਬੈਕ ਸਾਈਡ, ਇੰਡੀਕੇਟਰ, ਪਾਰਕਿੰਗ, ਰਿਵਰਸ, ਅਤੇ ਸੇਮ ਹੀ ਇੱਧਰ। ਅਤੇ ਇੱਧਰ ਆਪਣੇ ਇੱਕ ਲਾਈਟ ਲੱਗੀ ਹੋਈ ਆ, ਲਾਈਟ ਲੱਗ ਦਿਖਾਉਣਾ। ਆਹ ਦੇਖੋ ਜੀ ਇੱਧਰ ਲਾਈਟ, ਇਹਦਾ ਹਾਲੇ ਕਨੈਕਸ਼ਨ ਕਰਨੇ ਬਾਕੀ ਨੇ, ਆਪਾਂ ਲਾਈਟਾਂ ਕੱਸਤੀਆਂ, ਫਿਰ ਕਨੈਕਸ਼ਨ ਕਰਨੇ ਬਾਕੀ ਰਹਿ ਗਏ। ਅਤੇ ਉਧਰ ਦੀ ਸਾਈਡ ਚਾਲੂ ਹੋ ਗਈਆਂ,
एक साइड कंप्लीट हो गई बट एक आ रही है तो वह चालू हो गई आ चालू हो गई तो आ चालू हो गई नीचे ठीक है। चलो बाकी कर दें सुबह, हमने नेरा काफ़ी हो गया।